ਬਾਗੀ ਸਰਕਾਰਾਂ ਦੇ ਇੰਜ ਮਰ ਹੀ ਜਾਂਦੇ ਨੇ ਜੋ ਮਰੇ ਜ਼ਮੀਰਾਂ ਚੱਕੀ ਫਿਰਦੇ ਲੋਥਾਂ ਨੂੰ ਕਿੱਥੇ ਕੋਈ ਵਧਨ ਦਿੰਦਾ ਤੇਰੇ ਜਿਹੀਆਂ ਸੋਚਾਂ ਨੂੰ ਗੱਲ ਸਿੱਧਰੀ ਪੱਧਰੀ ਏ ਤੂੰ ਭੜਕਿਆ ਇੰਨਾ ਸੀ ਤੂੰ ਮਰ ਹੀ ਜਾਣਾ ਸੀ ਕਿਉਂਕਿ ਰੜਕਿਆ ਇੰਨਾ ਸੀ ਇੱਕ ਵਾਰ ਅਸੀਂ ਵੀ ਆਪਣੇ ਚੈਨਲ ਵੱਲੋਂ ਤੇ ਆਪਣੇ ਚੈਨਲ ਦੀ ਪੂਰੀ ਟੀਮ ਵੱਲੋਂ ਨਮ ਅੱਖਾਂ ਦੇ ਨਾਲ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਕਿ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ ਦੀਪ ਸਿੱਧੂ ਜਿਹੜੇ ਇੱਕ ਫਿਲਮੀ ਅਦਾਕਾਰ ਸੀ ਅਤੇ ਬਾਅਦ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵੀ ਹੀਰੋ ਬਣ ਕੇ ਉਭਰੇ ਸੀ ਉਸ ਨੂੰ ਸਰਕਾਰਾਂ ਨੇ ਖਤਮ ਕਰ ਦਿੱਤਾ ਕਦੇ ਗੱਲ ਨਿਕਲਿਆ ਹੀ ਵੀ ਬਾਈ ਦੀਪ ਸਿੱਧੂ ਦਾ ਕਤਲ ਹੋਇਆ ਪੈਰ ਵਾਈ ਫੁੱਲ ਕਰਾਂਗੇ ਜੇ ਬਾਈ ਦੀਪ ਸਿੱਧੂ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਈ ਤੇ ਅਸੀਂ ਤਿਆਰ ਰਹੇ ਬੈਠੇ ਹਾਂ ਬਾਗੀ ਸਰਕਾਰਾਂ ਦੇ ਇੰਜ ਮਰ ਹੀ ਜਾਂਦੇ ਨੇ ਜੋ ਮਰੇ ਜ਼ਮੀਰਾਂ ਚੱਕੀ ਫਿਰਦੇ ਲੋਥਾਂ ਨੂੰ ਕਿੱਥੇ ਕੋਈ ਵਧਨ ਦਿੰਦਾ ਤੇਰੇ ਜਿਹੀਆਂ ਸੋਚਾਂ ਨੂੰ ਗੱਲ ਸਿੱਧਰੀ ਪੱਧਰੀ ਏ ਤੂੰ ਭੜਕਿਆ ਇੰਨਾ ਸੀ ਤੂੰ ਮਰ ਹੀ ਜਾਣਾ ਸੀ ਕਿਉਂਕਿ ਰੜਕਿਆ ਇੰਨਾ ਸੀ ਅਜਿਹੇ ਬੋਲ ਲਿਖ ਕੇ ਲਗਾਤਾਰ ਸੋਸ਼ਲ ਮੀਡੀਆ 'ਤੇ ਦੀਪ ਸਿੱਧੂ ਦੇ ਨਾਲ ਵਾਇਰਲ ਹੋ ਰਹੇ ਨੇ ਕਿ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ ਅਲੱਗ ਅਲੱਗ ਵਟਸਐਪ 'ਤੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਹੋਰ ਵੀ ਕਈ ਐਪ 'ਤੇ ਲਗਾਤਾਰ ਸੋਸ਼ਲ ਮੀਡੀਆ 'ਤੇ ਦੀਪ ਸਿੱਧੂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਦੱਸ ਦਈਏ ਬੀਤੀ ਰਾਤ ਨੂੰ ਦੀਪ ਸਿੱਧੂ ਜਿਹੜੇ ਇੱਕ ਫਿਲਮੀ ਅਦਾਕਾਰ ਸੀ ਅਤੇ ਬਾਅਦ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵੀ ਹੀਰੋ ਬਣ ਕੇ ਉਭਰੇ ਸੀ ਐਕਸੀਡੈਂਟ ਦੇ ਨਾਲ ਇੱਕ ਦੁਰਘਟਨਾ ਦੇ ਨਾਲ ਮੌਤ ਹੋ ਗਈ ਮੌਤ ਹੋ ਜਾਣ ਤੋਂ ਬਾਅਦ ਅਜਿਹੀਆਂ ਕਈ ਜਥੇਬੰਦੀਆਂ ਸੀ ਅਤੇ ਅਜਿਹੀਆਂ ਕਈ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਕਾਰਜਵਿਧੀ ਨਾਲ ਅੱਜ ਦੀਪ ਸਿੱਧੂ ਜਿਹੜਾ ਕਿਸਾਨੀ ਸੰਘਰਸ਼ ਦਾ ਹੀਰੋ ਸੀ ਅਤੇ ਜਿਸ ਦੀ ਸੋਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਦੀ ਸੋਚ 'ਤੇ ਜਦੋਂ ਦੇ 84 ਤੋਂ ਬਾਅਦ ਅੱਜ ਤੱਕ ਕੋਈ ਨਹੀਂ ਚੱਲਿਆ ਸੀ ਤਾਂ ਦੀਪ ਸਿੱਧੂ ਚੱਲਿਆ ਸੀ ਉਸ ਨੂੰ ਸਰਕਾਰਾਂ ਨੇ ਖਤਮ ਕਰ ਦਿੱਤਾ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਨੇ ਪਰ ਅਸੀਂ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਅਤੇ ਉਸਨੇ ਦੀਪ ਸਿੱਧੂ ਦੇ ਐਕਸੀਡੈਂਟ ਨੂੰ ਸਿੱਧਾ ਸਿੱਧਾ ਕਤਲ ਕਿਹਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵੱਡੀ ਸਾਜ਼ਿਸ਼ ਨਾਲ ਕਤਲ ਕੀਤਾ ਗਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੀ CBI ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਰੂਰੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ ਤਾਂ ਪੰਜਾਬ ਦੇ ਵਿੱਚ ਵੱਡਾ ਵਿਰੋਧ ਹੋਊਗਾ ਅਤੇ ਅਸੀਂ ਇਸ ਗਲਤੀ ਕਰਨ ਵਾਲੀ ਚਾਹੇ ਜੋ ਮਰਜ਼ੀ ਹੋਵੇ ਜਿਹੜੀ ਮਰਜ਼ੀ ਸਰਕਾਰ ਹੋਵੇ ਜਾਂ ਜਿਹੜੇ ਮਰਜ਼ੀ ਅਨਸਰ ਹੋਣ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਭਾਜੀ ਬਰਾਬਰ ਮੋੜਾਂਗੇ ਇੱਕ ਵਾਰ ਅਸੀਂ ਵੀ ਆਪਣੇ ਚੈਨਲ ਵੱਲੋਂ ਅਤੇ ਆਪਣੇ ਚੈਨਲ ਦੀ ਪੂਰੀ ਟੀਮ ਵੱਲੋਂ ਨਮ ਅੱਖਾਂ ਦੇ ਨਾਲ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਜਿੰਨਾ ਜਿਹੜੇ ਉਸਦੇ ਫੋਲੋਵਰ ਸੀ ਜਾਂ ਉਸਦੇ ਫੈਨ ਸੀ ਵਾਹਿਗੁਰੂ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਜੇਕਰ ਦੀਪ ਸਿੱਧੂ ਕਹੀਏ ਫੋਲੋਵਰ ਦੇ ਨਾਲ ਨਹੀਂ ਮੱਲ ਕੇ ਇੱਕ ਮਾਂ ਦਾ ਪੁੱਤ ਚਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਪੰਜਾਬ ਦੇ ਵਿੱਚ ਵੱਸਦੇ ਵੀਰਾਂ ਨੂੰ ਉਹ ਸੰਘਰਸ਼ਸ਼ੀਲ ਯੋਧਿਆਂ ਨੂੰ ਜੋ ਹਜੇ ਵੀ ਸੰਘਰਸ਼ ਕਰਦੇ ਆ ਚਾਹੇ ਗੁਪਤੀ ਕਰਦੇ ਆ ਚਾਹੇ ਸ਼ਰੇਆਮ ਕਰਦੇ ਆ ਇੱਕ ਯੋਧਾ ਜੋ ਜਰਵਾਣਿਆਂ ਦੀ ਅੱਖ ਵਿੱਚ ਰੜਕਦਾ ਸੀ ਵੀਰ ਦੀਪ ਸਿੱਧੂ ਵੀਰ ਦੀ ਪਹਿਚਾਣ ਦੱਸਣ ਦੀ ਲੋੜ ਨਹੀਂ ਹੈਗੀ
ਜੋ ਹੁਣ ਸਾਡੇ ਵਿੱਚ ਨਹੀਂ ਰਿਹਾ ਬਹੁਤ ਵੱਡਾ ਘਾਟਾ ਪੈ ਗਿਆ ਅਤੇ ਦੇਸ਼ ਪੰਜਾਬ ਦੇ ਵਿੱਚ ਵੱਸਦੇ ਨੌਜਵਾਨਾਂ ਨੂੰ ਬੇਨਤੀ ਆ ਗੌਰ ਨਾਲ ਗੱਲਾਂ ਸੁਣਿਓ ਇੱਕ ਦੋ ਮਿੰਟ ਬੇਨਤੀ ਕਰਨੀ ਆ ਬਾਹਲਾ ਨਹੀਂ ਇਹ ਜਿਹੜੀਆਂ ਏਜੰਸੀਆਂ ਹੁੰਦੀਆਂ ਨਾ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਹੁੰਦੇ ਆ ਇਹੋ ਜਿਹੇ ਯੋਧੇ ਬਾਈ ਦੀਪ ਸਿੱਧੂ ਨੇ 17 ਤਰੀਕ ਨੂੰ ਤਰਨ ਤਾਰਨ ਸਾਹਿਬ ਆਉਣਾ ਸੀਗਾ ਰੋਡ ਸ਼ੋਅ ਲਈ ਅਤੇ ਸਾਨੂੰ 2-3 ਦਿਨ ਹੋ ਗਏ 4 ਦਿਨ ਬਾਈ ਨਾਲ ਗੱਲ ਕਰਦਿਆਂ ਨੂੰ ਲਾਸਟ ਗੱਲ ਹੋਈ ਆ 3 ਦਿਨ ਪਹਿਲਾਂ ਬਾਅਦ 'ਚ ਬਾਈ ਮੈਸੇਜ ਤਾਂ ਵੇਖ ਲੈਂਦਾ ਸੀ ਰਿਪਲਾਈ ਨਹੀਂ ਸੀ ਕਰਦੇ ਬਾਹਰਲੇ ਸਿੰਘਾਂ ਨੂੰ ਵੀ ਪਤਾ ਬਾਈ ਨਾਲ ਗੱਲ ਨਹੀਂ ਸੀ ਹੋ ਰਹੀ ਕਿਸੇ ਦੀ ਪਤਾ ਨਹੀਂ ਮਨ ਕਿਉਂ ਕਹਿੰਦਾ ਵੀ ਬਾਈ ਨੂੰ ਏਜੰਸੀ ਨੇ ਕਿਸੇ ਨੇ ਚੱਕਿਆ ਹੋਊਗਾ ਖੜਾ ਕੇ ਗੱਡੀ ਕੰਟੇਨਰ ਦੇ ਵਿੱਚ ਮਾਰੀ ਆ ਮਨ ਕਹਿੰਦਾ ਇਹ ਕਿਉਂਕਿ ਜੋਗਾ ਸਿੰਘ ਖਾਲਿਸਤਾਨੀ ਦੇ ਵੀ ਟਰੱਕ ਚੜਾਤਾ ਸੀ ਉਹ ਵੀ ਸੜਕ ਹਾਦਸੇ 'ਚ ਮਾਰਤਾ ਸੀ ਕਿਉਂਕਿ ਉਹ ਯੋਧਾ ਅੱਖਾਂ 'ਚ ਰੜਕਦਾ ਸੀ ਬਾਈ ਦੀਪ ਸਿੱਧੂ ਨਾਲ ਵੀ ਉਹੀ ਗੱਲ ਹੋਈ ਕਿਉਂਕਿ 2018 ਦੇ ਵਿੱਚ ਸਾਨੂੰ ਵੀ ਚੱਕਿਆ ਸੀ ਉਹਦਾ ਮਨ ਮਿਹਰ ਪਈ ਚਲੋ ਕੋਈ ਸਾਨੂੰ ਤੋਂ ਛੜਾ ਲੈ ਅਤੇ ਇੱਕ ਗੱਲ ਗੌਰਮੈਂਟ ਇੱਕ ਗੱਲ ਏਜੰਸੀਆਂ ਯਾਦ ਰੱਖਣ ਵੀ ਜੇ ਇਹ ਗੱਲ ਸੱਚੀ ਹੋਈ ਨਾ ਕਦੇ ਗੱਲ ਨਿਕਲਿਆ ਹੀ ਵੀ ਬਾਈ ਦੀਪ ਸਿੱਧੂ ਦਾ ਕਤਲ ਹੋਇਆ ਪੈਰ ਬਾਈ ਫੁੱਲ ਕਰਾਂਗੇ ਜੇ ਬਾਈ ਦੀਪ ਸਿੱਧੂ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਈ ਤਾਂ ਅਸੀਂ ਤਿਆਰ ਰਹਿ ਬੈਠੇ ਹਾਂ ਹਿਸਾਬ ਕਿਤਾਬ ਫੁੱਲ ਕਰਾਂਗੇ ਸਮਝ ਕੇ ਭਾਜੀ ਸਿਰ ਨਹੀਂ ਰੱਖਦੇ ਮੋੜਾਂਗੇ ਜ਼ਰੂਰ ਜੋ ਮਰਜ਼ੀ ਕਰਨਾ ਪਵੇ ਬਾਈ ਦੀਪ ਸਿੱਧੂ ਦੇ ਕਤਲ ਦਾ ਬਦਲਾ ਲਵਾਂਗੇ ਭਾਵੇਂ ਸੈਂਟਰ ਤੋਂ ਲੈਣਾ ਪਵੇ ਸਾਨੂੰ ਅਤੇ ਨੌਜਵਾਨੋ ਯਾਦ ਰੱਖਿਓ ਇਸ ਗੱਲ ਨੂੰ ਅਤੇ ਬਾਈ ਦੀਪ ਸਿੱਧੂ ਦੀ ਜੋ ਇਹ ਘਟਨਾ ਵਾਪਰੀ ਆ ਜਾਈ ਨਾ ਜਾਵੇ ਅਤੇ ਜਿੱਥੇ ਲੋੜ ਪਈ ਡਟਣਾ ਖੜਨਾ ਪੂਰਾ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਣੀ ਸਿੰਘਾਂ ਨੇ ਅਸੀਂ ਜਾ ਰਹੇ ਹਾਂ ਪਹਿਲੋਂ ਸਾਡੇ ਨੌਜਵਾਨ ਭੈਣ ਦੀ ਪੱਤ ਲੁੱਟੀ ਸੀ ਅਸੀਂ ਤਾਂ ਵੀ ਗਏ ਹਾਂ ਅਤੇ ਚਾਹੇ ਦਿੱਲੀ ਦੇ ਵਿੱਚ ਕਿਸੇ ਦਰ ਜਾ ਪਰ ਫਿਰ ਵੀ ਅਸੀਂ ਆਪਦੇ ਇਲੈਕਸ਼ਨ ਛੱਡਤੇ ਸਾਨੂੰ ਇਹ ਬਾਦਸ਼ਾਹੀਆਂ ਇਹ ਸਾਨੂੰ ਰਾਜ ਭਾਗ ਚੰਗੇ ਨਹੀਂ ਲੱਗਦੇ ਜੇ ਸਾਡੇ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਇਹ ਮਾਝੇ ਏਰੀਏ ਦੇ ਨੌਜਵਾਨ ਸਮਝਣ ਉਹ ਪਿੱਛੋਂ ਸਾਂਭ ਲੈਣ ਸਾਂਭਣਾ ਤਾਂ ਅਤੇ ਜੋ ਸਾਡੀ ਝੋਲੀ ਪਾਉਣਗੇ ਸਾਨੂੰ ਮਨਜ਼ੂਰ ਆ ਪਰ ਸਾਨੂੰ ਜਾਨੋਂ ਵੱਧ ਪਿਆਰਾ ਸੀ ਬਾਈ ਦੀਪ ਸਿੱਧੂ ਅਸੀਂ ਦਿੱਲੀ ਉੱਧਰ ਚਾਲੇ ਪਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।